ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪੋਲੀਟੀਕਲ ਸਾਇੰਸ ਪਲੱਸ 2 ਦਾ ਆਨਲਾਈਨ ਟੈਸਟ ਦੀ ਤਿਆਰੀ ਦਾ 8ਵਾਂ ਦਿਨ ਤੇ 21 ਦੀ ਤਿਆਰੀ ਚ ਤੁਹਾਡੇ ਸਾਹਮਣੇ ਪੇਸ਼ ਨੇ ਕੁਝ ਕੁਐਸਚਨਸ ਵੀ ਕੁਐਸਚਨ ਤੁਹਾਨੂੰ ਪਹਿਲੇ ਅਸੀਂ ਇੱਕ ਰਿਕਾਰਡਡ ਆਡੀਓ ਪਾਈ ਸੀ ਅੱਜ ਫਿਰ ਇੱਕ ਰਿਕਾਰਡਡ ਆਡੀਓ 21ਵੇਂ ਸਵਾਲ ਤੋਂ ਸ਼ੁਰੂ ਕਰ ਰਹੇ ਹਾਂ ਆਓ ਦੇਖੀਏ ਸਵਾਲ ਕਿਉਂਕਿ ਵੀ ਕੁਐਸਚਨ ਜਿਹੜੇ ਨੇ ਪਹਿਲਾਂ ਇੱਕ ਆਈਡੀਓ ਵਿੱਚ ਵੀਡੀਓ ਵਿੱਚ ਤੁਹਾਨੂੰ ਪਾਏ ਗਏ ਸਨ ਸੋ ਕੁਐਸਚਨ ਨੰਬਰ 22 2 ਮਾਰਕਸ ਦੇ ਕੁਐਸਚਨ ਵੀ ਨੇ ਤੇ ਨਾਲ-ਨਾਲ ਆਨਲਾਈਨ 퀴ਜ਼ ਦੀ ਤਿਆਰੀ ਵੀ ਹੈ ਸੋ ಲೆਟ ਅਸ ਸੀ ਦਾ ਕੁਐਸਚਨਸ ਆਹ ਜੀ ਪਹਿਲਾ ਸਵਾਲ ਹੈ ਸਾਰੇ ਸਮਾਹ ਪ੍ਰਸ਼ਨ ਅਮਰੀਕੀ ਸਾਰੇ ਰਾਜ ਸਮਾਨ ਹੁੰਦੇ ਹਨ ਪਰ ਰਾਜਨੀਤਿਕ ਪ੍ਰਣਾਲੀਆਂ ਭਿੰਨ-ਭਿੰਨ ਹੁੰਦੀਆਂ ਹਨ ਬੇਟਾ ਇਹ ਸਾਰੀਆਂ ਸਟੇਟਮੈਂਟਸ ਨੇ ਪ੍ਰਸ਼ਨ ਉੱਤਰਾਂ ਦੇ ਰੂਪ 'ਚ ਨਹੀਂ ਇਹ ਸਟੇਟਮੈਂਟ ਦੇ ਰੂਪ ਵਿੱਚ ਹੈ ਅਗਲਾ ਹੈਗਾ ਵਾ ਵਸਤੂਆਂ ਅਤੇ ਸੇਵਾਵਾਂ ਦੀ ਮੰਗ ਰਾਜਨੀਤਿਕ ਪ੍ਰਣਾਲੀ ਦਾ ਨਿਵੇਸ਼ ਕਾਰਜ ਹੈ ਤਈਵਾ ਸੰਸਦੀ ਸਰਕਾਰ ਸ਼ਾਸਨ ਪ੍ਰਣਾਲੀ ਵਿੱਚ ਕਾਰਜਪਾਲਿਕਾ ਵਿਧਾਨਪਾਲਿਕਾ ਸਾਹਮਣੇ ਜ਼ਿੰਮੇਵਾਰ ਹੁੰਦੀ ਹੈ 24 ਭਾਰਤ ਵਿੱਚ ਸੰਸਦ ਦੇ ਹੇਠਲੇ ਸਦਨ ਨੂੰ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਭੰਗ ਕੀਤਾ ਜਾ ਸਕਦਾ ਬੇਟਾ ਹੇਠਲਾ ਸਦਨ ਸੰਸਦ ਦਾ ਲੋਕ ਸਭਾ ਨੂੰ ਕਿਹਾ ਜਾਂਦਾ ਹੈ 25ਵਾਂ ਗਰੀਬੀ ਅਨਪੜਤਾ ਭਾਰਤੀ ਲੋਕਤੰਤਰ ਦੀਆਂ ਮੁੱਖ ਸਮੱਸਿਆ ਹਨ ਗਰੀਬੀ ਬੇਰੋਜ਼ਗਾਰੀ ਤੇ ਅਨਪੜਤਾ ਭਾਰਤੀ ਲੋਕਤੰਤਰ ਦੀਆਂ ਮੁੱਖ ਸਮੱਸਿਆਵਾਂ ਹਨ ਇਹ ਤੁਹਾਨੂੰ ਆਨਲਾਈਨ ਟੈਸਟ ਵਿੱਚ ਤੇ 2 ਮਾਰਕਸ ਦੇ ਕੁਐਸਚਨ ਵਿੱਚ ਜੇ ਇਹ ਕੁਐਸਚਨ ਬਹੁਤ ਹੈਲਪ ਕਰਨਗੇ ਜੀ ਇਹ ਸਟੇਟਮੈਂਟ ਆ 26ਵਾਂ ਉਧਾਰਵਾਦੀਆਂ ਦੁਆਰਾ ਔਰਤਾਂ ਤੇ ਮਰਦਾਂ ਨੂੰ ਸਮਾਨ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ ਉਧਾਰਵਾਦੀਆਂ ਅਨੁਸਾਰ ਔਰਤਾਂ ਤੇ ਮਰਦਾਂ ਨੂੰ ਸਮਾਨ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ 27ਵਾਂ ਸ਼ਾਸਨ ਉਤੇ ਦੋ ਨਿਬੰਧ ਪੁਸਤਕ ਦਾ ਲੇਖਕ ਆਰਥਰ ਵੈਂਟਲੇ ਹੈ 28ਵਾਂ ਮਾਰਕਸਵਾਦੀ ਕ੍ਰਾਂਤੀਕਾਰੀ ਵਿਧੀਆਂ ਵਿੱਚ ਵਿਸ਼ਵਾਸ ਰੱਖਦੇ ਹਨ ਇਹ ਕੋ ਦੇ ਸ਼ਾਂਤਮਈ ਵਿਧੀ ਸ਼ਾਂਤਮਈ ਵਿਧੀ ਕੀ ਹੈ ਇਲੈਕਸ਼ਨ ਦੁਆਰਾ ਸਰਕਾਰਾਂ ਬਦਲਣੀਆਂ ਪਰ ਮਾਰਕਸਵਾਦੀ ਕ੍ਰਾਂਤੀਕਾਰੀ ਵਿਧੀਆਂ ਵਿੱਚ ਵਿਸ਼ਵਾਸ ਰੱਖਦੇ ਸਨ ਨੈਕਸਟ ਹੈਗਾ 29 ਮਾਰਕਸਵਾਦੀ ਅਨੁਸਾਰ ਰਾਜ ਆਤਮ ਨਾਸ਼ ਵੱਲ ਵੱਧ ਰਿਹਾ ਈਵ ਮਹਾਤਮਾ ਗਾਂਧੀ ਅਨੁਸਾਰ ਦੇਸ਼ ਅਤੇ ਅਨੁਸਾਰ ਉਦੇਸ਼ ਅਤੇ ਸਾਧਨਾ ਵਿੱਚ ਗੂੜਾ ਸਬੰਧ ਹੁੰਦਾ ਹੈ ਕਲੋਜ਼ ਰਿਲੇਸ਼ਨਸ਼ਿਪ ਬੀਟਵੀਨ ਏਮ ਐਂਡ ਮੀਨਸ 31ਵਾਂ ਸਵਾਲ 31ਸਟ ਕਿੰਗਡਮ ਆਫ ਗੋਡ ਇਜ਼ ਵਿਦਨ ਯੂ ਦਾ ਲੇਖਕ ਲੀਓ ਟੋਲਸਟਾਈ ਹੈ ਬੁੱਕ ਦਾ ਨਾਮ ਹੈ ਕਿੰਗਡਮ ਆਫ ਗੋਡ ਇਜ਼ ਵਿਦਨ ਯੂ ਤੋ ਰਾਈਟਰ ਦਾ ਨਾਮ ਹੈ ਲਿਓ ਟਾਲਸਟਾਈ ਨੌਕਰਸ਼ਹੀ ਦਾ ਨਿਰਪੱਖ ਰਹਿ ਕੇ ਰਾਜ ਪ੍ਰਬੰਧ ਚਲਾਉਂਦੀ ਹੈ ਨੌਕਰਸ਼ਹੀ ਨਿਰਪੱਖ ਰਹਿ ਕੇ ਰਾਜ ਪ੍ਰਬੰਧ ਚਲਾਉਂਦੀ ਹੈ ਭਾਵ ਪੱਖਪਾਤ ਨਹੀਂ ਕਰਦੀ ਅਗਲਾ ਪ੍ਰਸ਼ਨ ਹੈ ਰਾਜਨੀਤਿਕ ਕਾਰਜਪਾਲਿਕਾ ਅਤੇ ਸਥਾਈ ਕਾਰਜਪਾਲਿਕਾ ਦੀਆਂ ਯੋਗਤਾਵਾਂ ਸੰਬੰਧੀ ਅੰਤਰ ਹੁੰਦਾ ਹੈ ਰਾਜਨੀਤਿਕ ਕਾਰਜਪਾਲਿਕਾ ਦੀਆਂ ਯੋਗਤਾਵਾਂ ਰਾਜਨੀਤਿਕ ਹੁੰਦੀਆਂ ਨੇ ਜਿਵੇਂ ਭਾਰਤ ਦਾ ਨਾਗਰਿਕ ਹੋਵੇ ਉਮਰ ਇੰਨੀ ਹੋਵੇ ਇਹ ਸਭ ਨਾਲ ਸਥਾਈ ਕਾਰਜਪਾਲਿਕਾ ਦੀਆਂ ਯੋਗਤਾਵਾਂ ਕੁਆਲੀਫਿਕੇਸ਼ਨ ਵਾਈਜ਼ ਹੁੰਦੀਆਂ ਨੇ ਇਹ ਯੋਗਤਾ ਹੋਣੀ ਚਾਹੀਦੀ ਹੈ ਨੈਕਸਟ ਕੁਐਸਚਨ ਆਗਾ ਬੇਟਾ ਰੇਡੀਓ ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਅੱਜਕੱਲ੍ਹ ਲੋਕਮਤ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ ਰੇਡੀਓ ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਅੱਜਕੱਲ੍ਹ ਲੋਕਮਤ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ 35ਵਾਂ ਲੋਕਮਤ ਦੇ ਨਿਰਮਾਣ ਅਤੇ ਪ੍ਰਗਟਾਵੇ ਵਿੱਚ ਗਰੀਬੀ ਰੁਕਾਵਟ ਹੈ ਬਿਲਕੁਲ ਸਹੀ ਹੈ 36ਵਾਂ ਪੰਜਾਬ ਵਿੱਚ ಗ್ರಾಮ ਪੰਚਾਇਤ ਦਾ ਕਾਰਜਕਾਲ 5 ਸਾਲ ਹੈ ਜਿੰਨੀਆਂ ਵੀ ਪੰਚਾਇਤੀ ਰਾਸ ਸੰਸਥਾਵਾਂ ਨੇ ਸਾਰਿਆਂ ਦਾ ਕਾਰਜਕਾਲ 5 ਸਾਲ ਹੈ 37ਵੇਂ ਪਿੰਡਾਂ ਵਿੱਚ ਧੜੇਬੰਦੀ ਸੀਮਤ ਸਾਧਨ ಗ್ರಾಮ ਪੰਚਾਇਤ ਦੀਆਂ ਕਮਜ਼ੋਰੀਆਂ ਹਨ 38ਵਾਂ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਸੰਵਿਧਾਨਕ ਮਾਨਤਾ ਪ੍ਰਾਪਤ ਹੈ ਸੰਵਿਧਾਨ ਅਨੁਸਾਰ 74ਵੀਂ ਸੋਧ ਅਨੁਸਾਰ ਉੰਤਾਲੀਵਾ ਨਗਰ ਨਿਗਮ ਦਾ ਕਾਰਜਕਾਲ ਨਗਰ ਨਿਗਮ ਦਾ ਕਾਰਜਕਾਲ 5 ਸਾਲ ਹੈ ਨਗਰ ਨਿਗਮ ਸ਼ਹਿਰੀ ਸਥਾਨਕ ਸੰਸਥਾਵਾਂ ਪੰਜਾਬ ਵਿੱਚ ਇਹ ਸਭ ਤੋਂ ਵੱਡੀ ਅ ਸੰਸਥਾ ਹੈ ਜਿਹਦਾ ਕਾਰਜਕਾਲ 5 ਸਾਲ ਹੁੰਦਾ ਹੈ 13 ਪੰਜਾਬ ਦੇ 13 ਸ਼ਹਿਰਾਂ ਵਿੱਚ ਨਗਰ ਨਿਗਮ ਹੈ ਬੇਟਾ 40ਵਾਂ ਕੁਐਸਚਨ ਲਾਸਟ ਕੁਐਸਚਨ ਹੈ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਔਰਤਾਂ ਲਈ ਤੀਜਾ ਹਿੱਸਾ ਸੀਟਾਂ ਰਾਖਵੇਂ ਰੱਖੀਆਂ ਗਈਆਂ ਹਨ ਇਹ 74ਵੀਂ ਸੋਧ ਵਿੱਚ ਆਦਰਵਾਇਜ਼ ਪੰਜਾਬ ਵਿੱਚ ਔਰਤਾਂ ਲਈ ਸੀਟਾਂ 50% ਰੱਖੀਆਂ ਗਈਆਂ ਨੇ ਅੱਧੀਆਂ ਨੇ ਬਿਲਕੁਲ ਠੀਕ ਹੈ ਜੀ ਸੋ ਇਹ ਸੀਗਾ ਅੱਜ ਦਾ ਵੀਡੀਓ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਵਾ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਦੇ ਰਹੋ ਮੇਰਾ ਚੈਨਲ ਕਨਸੈਪਟ ਗੁਰੂ ਏਕੇ ਜਿਹੜਾ ਪੋਲਿਟੀਕਲ ਸਾਇੰਸ ਪਲੱਸ 1 2 ਬੀਏ ਕਲਾਸਸ ਵਾਸਤੇ ਗੁਰੂਗੰਗ ਦੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪਟਿਆਲਾ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਾਸਤੇ 20 ਅਵੇਲੇਬਲ ਹੈ ਮੇਰੇ ਵੀਡੀਓਜ਼ ਜਿਹੜੀਆਂ ਅਵੇਲੇਬਲ ਨੇ ਸਬਸਕ੍ਰਾਈਬ ਕਰੋ ਮੇਰਾ ਚੈਨਲ ਕਨਸੈਪਟ ਗੁਰੂ ਏਕੇ ਤੇ ਕੈਰੀਅਰ ਗੁਰੂ ਏਕੇ ਥੈਂਕ ਯੂ ਕੀਪ ਵਾਚਿੰਗ ਥੈਂਕ ਯੂ